ਪਾਣੀ ਨਾਲ ਜਲ ਥਲ ਹੋਈਆਂ ਤਸਵੀਰਾਂ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ। ਇਹ ਤਸਵੀਰਾਂ ਸੰਗਰੂਰ ਦੀਆਂ ਨੇ, ਜਿੱਥੇ ਲੋਕਾਂ ਨੇ ਆਪਣਾ ਸਮਾਨ ਸਮੇਟਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਘਰਾਂ ਦੇ ਗੇਟ 'ਚ ਕਈ ਕਈ ਫੁੱਟ ਦੀਆਂ ਕੰਧਾਂ ਬਣਾ ਲਈਆਂ ਤਾਂ ਕਿ ਪਾਣੀ ਉਹਨਾਂ ਦੇ ਘਰਾਂ 'ਚ ਦਾਖਲ ਨਾ ਹੋ ਜਾਵੇ, ਕਿਉਂਕਿ ਪਿੱਛੇ ਹੋਈ ਥੋੜ੍ਹੀ ਬਾਰਿਸ਼ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਦਾਖਲ ਹੋਣ ਨਾਲ ਉਹਨਾਂ ਦਾ ਸਮਾਨ ਖਰਾਬ ਹੋ ਗਿਆ ਸੀ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਪਾਣੀ ਭਰ ਗਿਆ ਤਾਂ ਲੋਕ ਹੁਣ ਪਹਿਲਾਂ ਹੀ ਸੁਚੇਤ ਹੋ ਗਏ। ਲੋਹੇ ਦੀ ਚਾਦਰ ਲਗਾਈ ਹੈ, ਦੂਜੇ ਪਾਸੇ ਦੀਵਾਰ ਲਗਾਈ ਗਈ ਹੈ। ਹਾਂਜੀ, ਕਿਹੜਾ ਦਫ਼ਤਰ ਅਤੇ ਕੀ ਕਾਰਨ ਆ, ਕਿਉਂ ਲਗਾਈ ਗਈ? ਇਹ ਵਾਟਰ ਸਪਲਾਈ ਲਾਈ ਸੈਨੀਟੇਸ਼ਨ ਦਫ਼ਤਰ ਹੈ ਜੀ ਸਾਡਾ। ਇਹ ਬਾਹਰਲਾ ਪਾਣੀ ਸੜਕ ਦਾ ਜੀ ਅੰਦਰ ਵੜਦਾ ਜੀ, ਅੰਦਰ ਕਰਿਆ ਜੀ ਬੋਰਵੈਲ ਜੀ, ਧਰਤੀ 'ਚ ਜਾਣ ਵਾਸਤੇ ਪਾਣੀ, ਅੰਦਰਲਾ ਪਾਣੀ ਤਾਂ ਵਗ ਜਾਂਦਾ ਜੀ ਧਰਤੀ 'ਚ, ਜਿਹੜਾ ਬਾਹਰਲਾ ਪਾਣੀ ਹੈ ਜੀ ਉਹ ਖਾਸਾ ਨੁਕਸਾਨ ਕਰਦਾ ਜੀ, ਅੰਦਰ ਕਾਰਡ ਵੀ ਖਰਾਬ ਹੁੰਦਾ ਸਾਡਾ, ਟੇਬਲਾਂ ਦੇ ਉੱਪਰ ਪਾਣੀ, ਟੇਬਲ ਗਲੇ ਪਏ ਨੇ ਜੀ ਥੱਲੋਂ, ਇੰਨਾ ਨੁਕਸਾਨ ਹੁੰਦਾ ਜੀ ਹੱਦੋਂ ਵੱਧ। ਇੱਕ ਇੱਕ ਦਿਨ ਪੂਰਾ ਲੱਗਦਾ ਜੀ ਸਫਾਈਆਂ ਕਰਨ 'ਤੇ ਜੀ, ਸਾਰੇ ਕਮਰਿਆਂ 'ਚ ਗੰਦ ਪੈ ਜਾਂਦਾ ਜੀ ਪੂਰਾ। ਇਹ ਆਪਣੇ ਪੱਧਰ 'ਤੇ ਕੀਤਾ ਗਿਆ? ਹਾਂ ਜੀ, ਆਪਦੇ ਪੱਧਰ 'ਤੇ ਐਕਸ਼ਨ ਸਾਹਿਬ ਨੇ ਕਰਵਾਇਆ ਜੀ ਵੀ ਚੱਲ ਪਾਣੀ ਦੀ ਬੱਚਤ ਹੋ ਜੂਗੀ, ਬਾਹਰਲਾ ਪਾਣੀ ਅੰਦਰ ਨਹੀਂ ਵੜੂਗਾ ਜੀ, ਅੰਦਰਲਾ ਤਾਂ ਚਲੋ ਸੀਵਰ ਬੋਰ ਪੂਰਾ ਖਿੱਚ ਲੈਂਦਾ ਜੀ, ਅੰਦਰਲਾ ਪਾਣੀ ਤਾਂ ਨਹੀਂ ਅੰਦਰ ਕਮਰੇ 'ਚ ਜਾਣ ਦਿੰਦਾ ਜੀ, ਜਿਹੜਾ ਬਾਹਰਲਾ ਪਾਣੀ ਹੈ ਇਹਨਾਂ ਨਾਲ ਜਾਂਦਾ ਜੀ, ਸੱਲਾਂ ਵੱਜ ਵੱਜ ਮਾਰ ਪੂਰਾ ਕਰਦਾ ਜੀ, ਯਾਨੀ ਕਿ ਬਾਹਰ ਜ਼ਿਆਦਾ ਹੁੰਦਾ, ਬਾਹਰ ਪੂਰਾ ਟੋਭਾ ਬਣ ਜਾਂਦਾ ਜੀ, ਚਾਰ ਚਾਰ ਫੁੱਟ ਪਾਣੀ ਹੋ ਜਾਂਦਾ ਜੀ, ਬਾਹਰਲਾ ਪਾਣੀ ਇੰਨਾ ਜਾਂਦਾ ਜੀ, ਅੰਦਰ ਸੱਲਾਂ ਵੱਜ ਵੱਜ ਕੇ ਪੂਰਾ ਬੁਰਾ ਹਾਲ, ਉੱਤਰਦਾ ਨਹੀਂ ਜੀ, ਚਾਰ ਚਾਰ ਫੁੱਟ ਪਾਣੀ ਹੋ ਜਾਂਦਾ ਜੀ, ਕੁਰਸੀਆਂ ਦੇ ਉੱਪਰ ਦੀ ਪਾਣੀ ਹੁੰਦਾ ਜੀ, ਬਹੁਤ ਮੁਸ਼ਕਿਲ ਆਉਂਦੀ ਹੋਊ ਇਹਨੂੰ? ਬਹੁਤ ਜੀ ਆਉਂਦੀ ਹੈ ਜੀ ਮੁਸ਼ਕਿਲ ਜੀ, ਹੱਥ ਪੈਰ ਵੱਢਦੇ ਭਾਰੀ ਹੈ ਜੀ, ਇਹ ਦੋ ਬੰਦੇ ਲਾਉਂਦੇ ਨੇ ਜੀ ਇਹਨੂੰ, ਕਿਉਂਕਿ ਪੂਰਾ ਫਸਮਾ ਹੈਗਾ ਜੀ, ਟਾਈਟ ਹੋ ਜਾਂਦਾ ਜੀ, ਜ਼ੋਰ ਪੂਰਾ ਲੱਗਦਾ ਜੀ, ਲਾਉਣਾ ਪੈਂਦਾ ਸਾਨੂੰ, ਖੋਲ੍ਹਣਾ ਵੀ ਪੈਂਦਾ ਜੀ, ਇਹ ਇਸ ਤਰ੍ਹਾਂ ਹੈ ਜੀ। ਹਰਬੰਸ ਸਿੰਘ, ਹਰਬੰਸ ਜੀ, ਪਾਣੀ ਤੋਂ ਪਹਿਲਾਂ ਹੀ ਘਰ ਦੇ ਜੋ ਅਸੀਂ ਦੇਖ ਰਹੇ ਕਿ ਬੈੱਡ ਵਗੈਰਾ ਉੱਪਰ ਰੱਖ ਰੱਖੇ ਨੇ, ਕੀ ਪਾਣੀ ਤੋਂ ਡਰਦੇ ਬਾਰੇ? ਹਾਂਜੀ ਹਾਂਜੀ ਸਰ, ਪਾਣੀ ਦੀ ਤਾਂ ਇੰਨੀ ਜ਼ਿਆਦਾ ਸਮੱਸਿਆ ਇੱਥੇ ਕਿ ਇੰਨਾ ਇੰਨਾ ਪਾਣੀ ਇੱਥੇ ਨਿਸ਼ਾਨੀਆਂ ਲੱਗੀਆਂ ਹੋਣਗੀਆਂ, ਅਤੇ ਮੈਂ ਮਿਲਿਆ ਵੀ ਅਧਿਕਾਰੀਆਂ ਨੂੰ, ਇੱਥੋਂ ਤੱਕ ਕਿ ਮੈਂ ਭਗਵੰਤ ਮਾਨ ਸਾਹਿਬ ਕੋਲ ਵੀ ਗਿਆ ਸਿਰਫ ਕੁਆਟਰ ਦੇ ਵਾਸਤੇ, ਕਿਉਂਕਿ ਉਹ ਤਾਂ ਮਿਲਦੀ ਨਹੀਂ ਕਿਸੇ ਨੂੰ, ਅਫਸਰਾਂ ਨੂੰ ਮਿਲ ਕੇ ਮੈਂ 3-4 ਵਾਰੀ ਮਿਲ ਕੇ ਥੱਕ ਹਾਰ ਕੇ ਮੈਂ ਬੈਠ ਗਿਆ ਆ ਕੇ, ਆਹ ਪੈਂਦੇ ਬੈੱਡ, ਬੋਕਸ ਬੈੱਡ ਤਾਂ ਮੇਰੇ ਖਰਾਬ ਹੋ ਗਏ ਆ ਜੀ, ਉਹ ਤਾਂ ਸਿੱਟ ਦਿੱਤੇ ਨੇ, ਸਿੰਗਲ ਬੈੱਡ ਲੈ ਕੇ ਅਸੀਂ ਆਹ ਹਾਲ ਹੈ, ਕਿਉਂਕਿ 1 ਤਰੀਕ ਨੂੰ ਸਕੂਲ ਲੱਗੇ ਨੇ, ਹਜੇ ਤੱਕ ਮੈਂ ਬੱਚਿਆਂ ਨੂੰ ਇਸ ਕਰਕੇ ਨਹੀਂ ਸਕੂਲ ਭੇਜ ਸਕਿਆ ਕਿਉਂਕਿ ਉੱਪਰ ਨੀਚੇ ਦਾ ਫਿਰ ਬੱਚੇ ਲੈ ਕੇ ਜਾਂਦੇ ਨੇ ਮੇਰੇ ਨਾਲ ਸਮਾਨ, ਕਿਰਪਾਨ ਨਾਲ ਸਿਰ 'ਤੇ ਰੱਖ ਕੇ ਜੀ ਫਿਰ ਮੈਂ ਬਾਲਟੀਆਂ ਨਾਲ ਪਾਣੀ ਕੱਢਦਾ ਇਧਰਲੇ ਪਾਸੇ ਸਾਰਾ, ਅਤੇ ਜਿਹਦੇ ਕਰਕੇ ਕਿਉਂਕਿ ਮੈਂ 100% ਹੈਂਡੀ ਬਲਾਈਂਡ ਹੈ, ਮੇਰੀ ਘਰ ਵਾਲੀ ਆ ਉਹ ਵੀ 100% ਹੈਂਡੀਕੈਪਟ ਹੈ, ਜਿਹਦੇ ਕਰਕੇ ਕਿਉਂਕਿ ਮੈਂ ਵੱਡੀਆਂ ਕੋਠੀਆਂ ਤੋਂ ਕੀ ਲੈਣਾ, ਭਾਵੇਂ ਮੈਨੂੰ ਕੋਈ ਛੋਟਾ ਫੋਰ ਕਲਾਸ ਦਾ ਕੁਆਟਰ ਦਿੱਤਾ ਜਾਵੇ, ਘੱਟੋ ਘੱਟ ਸੁਰੱਖਿਆ ਵਾਲੇ ਥਾਂ 'ਤੇ ਤਾਂ ਮੈਨੂੰ ਭੇਜਿਆ ਜਾਵੇ ਜੀ, ਇੱਥੇ ਬਹੁਤ ਜ਼ਿਆਦਾ ਸਮੱਸਿਆ ਸਰ, ਇੱਥੇ ਪਾਣੀ ਇੰਨਾ ਇੰਨਾ ਹੁੰਦਾ ਜੀ, ਮੈਂ ਆਪ ਹਾਂਜੀ ਲੱਖ ਲੱਖ ਪਾਣੀ ਭਰ ਜਾਂਦਾ, ਹੁਣ ਵੀ ਮੇਰੇ ਘਰ ਦੇ ਉੱਪਰ ਬੈਠੇ ਨੇ ਕਿਉਂਕਿ ਇੱਕ ਨਾ ਉੱਪਰ ਚੜ੍ਹ ਸਕਦੇ, ਨਾਲ ਕਨਾੜੇ ਚੱਕ ਕੇ ਹੀ ਉੱਪਰ ਲੈ ਕੇ ਜਾਣਾ ਪੈਂਦਾ ਉਹਨੂੰ, ਐਂ ਚੱਕ ਕੇ ਲਿਆਉਣਾ ਪੈਂਦਾ, ਚਲੋ ਜ਼ਿੰਦਗੀ ਹੈ ਤਾਂ ਐਂ ਚੱਲੂਗੀ ਜੀ, ਬੱਚੇ ਦੇ ਤੇ ਰੱਬ ਨੇ, ਆਪਾਂ ਸੰਤੁਸ਼ਟ ਹੈ, ਪਰ ਆਹ ਜਿਹੜਾ ਸਰਕਾਰਾਂ ਨਹੀਂ ਨਾ ਸੁਣਦੀਆਂ ਜੀ, ਇਹਨਾਂ ਤੋਂ ਬਹੁਤ ਤੰਗ ਆ ਗਿਆ ਮੈਂ। ਕੀ ਨਾਮ ਹੈ ਸਰ? ਸਰ ਲੱਖਾ ਸਿੰਘ ਜੀ ਦਾ। ਲੱਖਾ ਜੀ, ਦੀਵਾਰਾਂ ਖਿੱਚੀਆਂ ਨੇ, ਇੱਕ ਪਾਸੇ ਇੱਟਾਂ ਦੀ ਦੀਵਾਰ ਆ ਅਤੇ ਦੂਜੇ ਪਾਸੇ ਲੋਹੇ ਦੀ ਦੀਵਾਰ ਆ, ਕੀ ਗੱਲਬਾਤ ਆ? ਸਰ ਇਹ ਇੱਟਾਂ ਦੀ ਦੀਵਾਰ ਉਧਰਲੇ ਪਾਸੇ ਹੈ ਜੀ, ਪਾਣੀ ਉੱਧਰ ਵੀ ਸਾਡਾ ਮਤਲਬ ਰਿਕਾਰਡ ਪਿਆ ਉਰਲੀ ਸਾਈਡ ਜੀ, ਅਤੇ ਉੱਧਰ ਛੋਟਾ ਗੇਟ ਸੀ, ਇੱਧਰ ਇਹ ਵੱਡਾ ਗੇਟ ਤਾਂ ਲਵਾਤਾ ਜੀ, ਇਹ ਸਾਰਾ ਪਾਣੀ ਅੰਦਰ ਤੱਕ ਮਾਰ ਕਰਦਾ ਜੀ, ਜਦੋਂ ਸਰ ਇਹ ਪਾਣੀ ਇੱਧਰਲਾ ਪਾਣੀ ਦਫ਼ਤਰ ਨੂੰ ਜਦੋਂ ਜਾਂਦਾ ਕੋਈ ਗੱਡੀ ਲੰਘਦੇ ਬਾਹਰ ਲੰਘਦਾ ਮੰਗ ਕੇ ਸਾਰਾ ਅੰਦਰ ਪਾਣੀ ਜਾਂਦਾ ਜੀ, ਇਸ ਕਰਕੇ ਗੇਟ ਲੱਗਿਆ ਹੋਇਆ ਜੀ, ਇਹ ਗੇਟ ਤਾਂ ਲਵਾਇਆ ਜਾਂਦਾ ਜੀ,
ਵੀ ਹੁਣ ਅਸੀਂ ਇਹ ਕਾਰਨ ਇਹ ਚੀਜ਼ ਕਹਿ ਰਹੇ ਹਾਂ ਜੀ ਵੀ ਇਹ ਪਾਣੀ ਦਾ ਵੱਧ ਤੋਂ ਵੱਧ ਹੱਲ ਕੀਤਾ ਜਾਵੇ, ਕਿਸੇ ਪਾਸੇ ਨਿਕਾਸ ਹੋਵੇ। ਅਤੇ ਸਾਡੇ ਦਫ਼ਤਰ ਦੇ ਵਿੱਚ ਸਾਡਾ ਰਿਕਾਰਡ ਸਾਰਾ ਖਰਾਬ ਹੁੰਦਾ, ਅਤੇ ਇਹ ਜੋ ਅਸੀਂ ਚੱਕਦੇ ਹਾਂ ਸਾਨੂੰ ਮਤਲਬ ਇਹ ਡਰ ਰਹਿੰਦਾ ਜੀ, ਜੇ ਅਸੀਂ ਇੱਕ ਵਾਰੀ ਚੱਕ ਕੇ ਉੱਧਰੋਂ ਮੀਂਹ ਆ ਜੇ ਤਾਂ ਸਾਨੂੰ ਫਿਰ ਦੁਬਾਰਾ ਮਤਲਬ ਇਹਨੂੰ ਫਿਰ ਲਾਉਣਾ ਪੈਂਦਾ ਜੀ, ਚੱਕਦੇ ਹਾਂ ਤਾਂ ਲਾਉਂਦੇ ਹਾਂ ਕਿਤੇ ਚੱਕਦੇ ਹਾਂ ਕਿਤੇ। ਪਾਣੀ ਦੇ ਡਰ ਤੋਂ ਸਾਰਾ ਕੁਛ ਕੀਤਾ? ਹਾਂਜੀ, ਪਾਣੀ ਦੇ ਡਰ ਤੋਂ ਕੀਤਾ ਜੀ ਸਰ। ਹਾਂਜੀ ਹਾਂਜੀ, ਉੱਧਰਲੇ ਪਾਸੇ ਵੀ ਕਰਿਆ ਜੀ ਗੇਟ ਪਰਾਂ ਤੋਂ ਵੀ ਪਾਣੀ। ਸਲੋਚਨਾ ਜੀ, ਇਹ ਮੌਸਮ ਵਿਭਾਗ ਨੇ ਦੱਸਿਆ ਜੀ ਮੀਂਹ ਪਾਣੀ ਜ਼ਿਆਦਾ ਆਊਗਾ, ਪਹਿਲਾਂ ਵੀ ਸਾਡੇ ਅੰਦਰ ਪਾਣੀ ਵਰਦਾ ਸੀਗਾ ਅਤੇ ਹੁਣ ਸਾਨੂੰ ਬਚਾਅ ਵਾਸਤੇ ਫਿਰ ਬਾਹਰ ਮੂਹਰੇ ਇੱਟਾਂ ਲਾਉਣੀ ਪੈਣੀਆਂ। ਇੱਟਾਂ ਲਾ ਕੇ ਨਾ ਇਹ ਪੱਕੀ ਸੀਮਿੰਟ ਨਾਲ ਅਸੀਂ ਲਾ ਕੇ ਨਾ ਔਰ ਹੁਣ ਆਪਣਾ ਸਮਾਨ ਕੇ ਬਚਾਓ ਲਈਏ ਇੱਟਾਂ ਲਾਈਆਂ, ਇਸ ਗੇਟ ਵੀ ਲਾਈਆਂ, ਦੂਸਰੇ ਗੇਟ ਵੀ ਲਾਈਆਂ ਜੀ ਮੇਨ ਗੇਟ। ਪਾਣੀ ਜ਼ਿਆਦਾ ਹੁੰਦਾ ਹੁਣ ਸਾਡੇ ਬੁਜ਼ੁਰਗ ਨੇ ਉਹ ਬਾਹਰ ਨਿਕਲਦੇ ਨੇ, ਕਦੇ ਉਹਨਾਂ ਦੇ ਠੋਕਰ ਵੱਜਦੀ ਹੈ, ਕਈ ਇੱਕ ਦਿਨ ਤੋਂ ਡਿੱਗ ਵੀ ਗਏ ਜੀ, ਫਿਰ ਔਖਾ ਹੈ ਜੀ, ਪਰ ਕਰੀਏ ਕੀ, ਬਚਾਓ ਵਾਸਤੇ ਕੁਛ ਹੋਣਾ ਚਾਹੀਦਾ। ਹਾਂ ਮੇਹ ਕਾ ਪਾਣੀ ਜੀ, ਕੋਈ ਪਾਣੀ ਕੀ ਨਿਕਾਸੀ ਹੋਵੇ, ਪਾਣੀ ਕਾ ਨਿਕਾਸ ਨਹੀਂ ਹੈ, ਹੋਰ ਤੋਂ ਕੀ ਕਰ ਸਕਦੇ ਨੇ, ਨਿਕਾਸ ਹੋਣਾ ਚਾਹੀਦਾ ਪਾਣੀ ਕਾ। ਦੇਖੋ ਜੀ, ਦੁਬਾਰਾ ਖਿੱਚਣ ਦਾ ਕਿਸੇ ਨੂੰ ਵੀ ਸ਼ੌਂਕ ਨਹੀਂ ਹੁੰਦਾ ਕਿਉਂਕਿ ਮਸਾਂ ਦਾ ਅਗਲਾ ਘਰ ਬਣਾਉਂਦਾ ਗਾ। ਹੁਣ ਤਕਰੀਬਨ ਜਦੋਂ ਕਈ ਸਾਲ ਹੋ ਗਏ ਘਰ ਬਣੇ ਹੋਏ ਨੇ ਜਿਨ੍ਹਾਂ ਦੇ, ਅਤੇ ਗਲੀਆਂ ਬਣੀਆਂ ਨੇ ਗੇ, ਇੰਟਰਲਾਕਿੰਗ ਲੱਗੇ ਆ, ਇਹਦੇ ਵਿੱਚ ਜਿਹੜਾ ਬਰਸਾਤੀ ਪਾਣੀ ਦੀ ਨਿਕਾਸੀ ਆ ਉਹਦਾ ਕੋਈ ਹੱਲ ਨਹੀਂ ਕੀਤਾ ਗਿਆ ਮਹਿਕਮੇ ਵੱਲੋਂ, ਜਿਹਦੇ ਕਰਕੇ ਜਦੋਂ ਬਾਰਿਸ਼ ਪੈਂਦੀ ਹੈ ਜੇ 15-20 ਮਿੰਟ ਜਾਂ ਅੱਧਾ ਘੰਟਾ ਬਾਰਿਸ਼ ਪੈ ਜਾਂਦੀ ਹੈ ਤਾਂ ਗਲੀਆਂ ਸਾਰੀਆਂ ਪਾਣੀ ਨਾਲ ਭਰ ਜਾਂਦੀਆਂ ਨੇ, ਅਤੇ ਜਿਹੜੇ ਘਰ ਉੱਚੇ ਨੇ ਗੇ ਉਹਨਾਂ ਦਾ ਤਾਂ ਦੇਖੋ ਬੱਚਤ ਹੋ ਜਾਂਦੀ ਆ, ਪਰ ਜਿਹੜੇ ਘਰ ਨੀਵੇਂ ਨੇ ਉਹਨਾਂ ਘਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਪਾਣੀ ਵੜ ਜਾਂਦਾ ਗਾ। ਜਦੋਂ ਪਾਣੀ ਵੜ ਜਾਂਦਾ ਗਾ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਐਂ ਹਿਸਾਬ ਲਾ ਲਓ ਵੀ ਉਹ ਘਰ ਦਾ ਜਿਹੜਾ ਸਮਾਨ ਹੈਗਾ ਉਹ ਵੀ ਖਰਾਬ ਹੁੰਦਾ। ਹੁਣ ਬਚਾਅ ਦੇ ਲਈ ਲੋਕਾਂ ਨੇ ਇੱਕ ਆਹ ਘਰ ਆ ਸਾਡੇ ਮਾਤਾ ਜੀ ਖੜ੍ਹੇ ਨੇਗੇ, ਅਤੇ ਇੱਧਰ ਨਾਲ ਕਈ ਘਰ ਹੋਰ ਵੀ ਨੇ ਜਿਨ੍ਹਾਂ ਨੇ ਮਕਾਨਾਂ ਦੇ ਵਿੱਚ ਮੂਹਰੇ ਦੇਹੜੀਆਂ ਬਣਾਈਆਂ ਨੇਗੀਆਂ ਕਿਉਂਕਿ ਉਹਨਾਂ ਨੂੰ ਬਾਲਟੀ ਦੇ ਨਾਲ ਪਾਣੀ ਕੱਢ ਕੱਢ ਕੇ ਬਾਹਰ ਡੋਲਣਾ ਪੈਂਦਾ ਸੀ। ਉੱਥੇ ਹੀ ਸੀਵਰੇਜ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਰਿਸ਼ ਤੋਂ ਪਹਿਲਾਂ ਹੀ ਵਿਭਾਗ ਵੱਲੋਂ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਫਾਈ ਕਰਵਾ ਦਿੱਤੀ ਗਈ ਹੈ। ਦੇਖੋ ਜੀ, ਜਿਹੜੀ ਪਿਛਲੇ ਹਫ਼ਤੇ ਬਾਰਿਸ਼ ਹੋਈ ਆ ਇਹਦੇ ਨਾਲ ਕੁਛ ਨਾਲੀਆਂ, ਕੁਛ ਡਰੇਨਸ ਦਾ ਇਸ਼ੂ ਸੀ ਜਿਹਦੇ ਕਾਰਨ ਪਾਣੀ ਵਾਪਸ ਸਾਡੇ ਸੀਵਰ ਸਿਸਟਮ 'ਚ ਆ ਚੁੱਕਿਆ। ਚਲੋ ਮਾਣਯੋਗ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਇਸ ਚੀਜ਼ ਨੂੰ ਕਾਫੀ ਗੰਭੀਰਤਾ ਨਾਲ ਲੈ ਰਹੇ ਆ, ਉਹਨਾਂ ਡਿਪਾਰਟਮੈਂਟਸ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਆ। ਜਿਹੜਾ ਸਾਡੇ ਨਾਲ ਸੰਬੰਧਿਤ ਆ ਸੀਵਰ ਦੀ ਸਫਾਈ ਦਾ ਕੰਮ, ਇਹ ਹੁਣ ਚਲੋ ਬਾਰਿਸ਼ ਕਰਕੇ ਸੀਵਰ ਦੀਆਂ ਇਸ ਵੇਲੇ ਕੰਪਲੇਂਟਸ ਕਾਫੀ ਜ਼ਿਆਦਾ ਆ। ਸ਼ਾਹਪੁਰ ਜੀ ਪਲੰਜੀ ਕੰਪਨੀ ਜਿਨ੍ਹਾਂ ਕੋਲ ਠੇਕਾ ਦਿੱਤਾ ਹੋਇਆ ਆ ਉਹਨਾਂ ਦੇ ਕੰਮ ਦੇ ਨਾਲ ਨਾਲ ਅਸੀਂ ਇੱਕ 5 ਲੱਖ ਦਾ ਠੇਕਾ ਕੰਟਰੈਕਟਰ ਨੂੰ ਹੋਰ ਦੇ ਕੇ ਸੀਵਰ ਦੀ ਇਮੀਡੀਏਟ ਸਫਾਈ ਲਈ ਸ਼ਹਿਰ ਦੇ ਵਿੱਚ ਵਰਕ ਆਰਡਰ ਦੇ ਦਿੱਤਾ ਆ। ਉਹ ਵੀ 1-2 ਦਿਨ 'ਚ ਆ ਕੇ ਇਸ ਚੀਜ਼ ਦਾ ਹੱਲ ਕਰ ਦੇਣਗੇ, ਜਿਹਦੇ ਨਾਲ ਕੰਪਲੀਟ ਸਫਾਈ ਹੋ ਕੇ ਸੀਵਰ ਦੀ ਸਮੱਸਿਆ ਨੂੰ ਹੱਲ ਹੋਵੇਗੀ। ਸਰ, ਜਿਸ ਤਰ੍ਹਾਂ ਪਤਾ ਹੁੰਦਾ ਕਿ ਮੌਨਸੂਨ ਆਉਣ ਵਾਲੀ ਹੈ, ਸੰਬੰਧਿਤ ਡਿਪਾਰਟਮੈਂਟਾਂ ਵੱਲੋਂ ਵੀ ਅਲਰਟ ਜਾਰੀ ਕੀਤੀ, ਇਸਦੀ ਪਹਿਲਾਂ ਕਿਉਂ ਨਹੀਂ ਪ੍ਰਪਰੇਸ਼ਨ ਕੀਤੀ ਜਾਂਦੀ, ਕਿਉਂ ਨਹੀਂ ਪਹਿਲਾਂ ਹੀ ਸਫਾਈ ਕਰਵਾਈ ਜਾਂਦੀ ਤਾਂ ਜੋ ਲੋਕਾਂ ਨੂੰ ਇਹਦੇ ਖੱਜਲ ਖੁਆਰੀ ਸਾਹਮਣਾ ਨਾ ਕਰਨਾ ਪਵੇ? ਦੇਖੋ ਜੀ, ਜਿਵੇਂ ਆਪਾਂ ਡਿਸਕਸ ਕਰ ਰਹੇ ਸਾਂ ਕਿ ਇਸ ਦੀ ਸਫਾਈ ਕੀਤੀ ਜਾ ਚੁੱਕੀ ਆ ਪਹਿਲਾਂ ਵੀ, ਬਟ ਸੀਵਰ ਦੇ ਵਿੱਚ ਜੋ ਸਮੱਸਿਆ ਆ ਰਹੀ ਹੈ ਇਸ ਵਕਤ, ਕੁਛ ਲਿਫਾਫੇ, ਗੋਹਾ, ਕੂੜਾ, ਕਰਕਟ, ਜਿਹੜਾ ਨਾਲੀਆਂ, ਜਿਹੜਾ ਗਲੀਆਂ ਦੇ ਵਿੱਚ ਪਿਆ ਸੀ ਉਹ ਸਾਰਾ ਬਾਰਿਸ਼ ਹੋਣ ਦੇ ਕਾਰਨ ਸੀਵਰ ਦੇ ਵਿੱਚ ਦੁਬਾਰਾ ਆ ਚੁੱਕਿਆ, ਅਤੇ ਉਸ ਚੀਜ਼ ਦੀ ਸਫਾਈ ਹੁਣ ਚਲੋ ਇੱਕ ਵਾਰ ਜਦੋਂ ਸੀਵਰ ਸਿਸਟਮ 'ਚ ਆ ਗਿਆ ਉਹ ਫਿਰ ਇਸ ਮਹਿਕਮੇ ਦੀ ਜ਼ਿੰਮੇਵਾਰੀ ਬਣਦੀ ਆ, ਉਹ ਕੀਤੀ ਜਾਏਗੀ। ਕਿੰਨੇ ਕੁ ਦਿਨ ਦੇ ਵਿੱਚ ਜਿਹੜੀ ਇਹ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਮਿਲੂ, ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰ ਦਾ ਪਾਣੀ ਵੜ ਰਿਹਾ ਜੀ? ਦੇਖੋ ਜੀ, ਜਿੰਨਾ ਘਰਾਂ 'ਚ ਸੀਵਰ ਦਾ ਪਾਣੀ ਵੜ ਰਿਹਾ ਜਾਂ ਇੱਕਦਮ ਸਮੱਸਿਆ ਇੱਦਾਂ ਦੀ ਆ ਕਿ ਗਲੀਆਂ ਦੇ ਵਿੱਚ ਪਾਣੀ ਪਾਣੀ ਹੋ ਰੱਖਿਆ, ਉਸ ਨੂੰ ਅਸੀਂ 1-2 ਦਿਨ 'ਚ ਹੱਲ ਕਰਾਂਗੇ।
ਔਰ ਜ਼ੋਰ ਕੋਸ਼ਿਸ਼ਾਂ ਲੱਗਣਗੀਆਂ। ਜੇਕਰ ਕੋਈ ਏਰੀਆ ਸਾਨੂੰ ਇੱਦਾਂ ਦੇ ਦਿਖਦੇ ਆ ਕਿ ਜਿੱਥੇ ਹਾਲੇ ਪਾਣੀ ਬਾਹਰ ਨਹੀਂ ਗਾ, ਰਿਸੀਵਰ ਦੀ ਸਫਾਈ ਹੋਣ ਵਾਲੀ ਆ, ਉਹ ਅਗਲੇ 2 ਹਫ਼ਤੇ 3 ਹਫ਼ਤਿਆਂ 'ਚ ਉਹ ਵੀ ਸਭ ਹੋ ਕੇ ਸਿਸਟਮ ਇੱਕਦਮ ਸੈੱਟ ਹੋ ਜਾਏਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸ਼ਾਹਜੀ ਪਲੌਂਜੀ ਕੰਪਨੀ ਦੇ ਨੂੰ ਲੈ ਕੇ ਤੁਸੀਂ ਗੱਲ ਕਰ ਰਹੇ ਹੋ, ਕਿ ਉਹਨਾਂ ਨੂੰ ਵੀ ਕੁਛ ਇਸ ਤਰ੍ਹਾਂ ਨੂੰ ਲੈ ਕੇ ਕੋਈ ਖਾਸ ਇੰਸਟਰਕਸ਼ਨ ਕੀਤੀਆਂ ਗਈਆਂ ਨੇ? ਬਿਲਕੁਲ ਜੀ, ਉਹਨਾਂ ਨਾਲ ਸਾਡੀ ਜ਼ਬਾਨੀ ਤੌਰ 'ਤੇ ਵੀ, ਲਿਖਾ ਪੜ੍ਹੀ ਦੇ ਤੌਰ 'ਤੇ ਵੀ 19/6/2024 ਨੂੰ ਸਾਡੇ ਮਾਣਯੋਗ SC ਸਾਹਿਬ ਨੇ ਵੀ ਉਹਨਾਂ ਨਾਲ ਮੀਟਿੰਗ ਕੀਤੀ ਸੀ। ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੁੰਬਈ ਤੋਂ ਆਏ ਸੀ, ਉਹਨਾਂ ਨਾਲ ਮੀਟਿੰਗ ਹੋ ਕੇ ਇਹਨਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਰੱਖੇ ਹਨ। ਅਤੇ ਕੱਲ੍ਹ ਪਰਸੋਂ ਤੱਕ ਸ਼ਾਹਪੁਰਜੀ ਪਲੌਂਜੀ ਕੰਪਨੀ ਵੱਲੋਂ ਇੱਕ ਜੈਟਿੰਗ ਮਸ਼ੀਨ ਹੋਰ ਲਿਆਂਦੀ ਜਾ ਰਹੀ ਹੈ, ਜਿਹੜੀ ਸੰਗਰੂਰ ਸ਼ਹਿਰ ਵਿਖੇ ਰਹੇਗੀ। ਸੋ ਦੱਸਦੀ ਹੈ ਕਿ ਥੋੜ੍ਹੀ ਜਿਹੀ ਬਾਰਿਸ਼ ਦੇ ਨਾਲ ਹੀ ਪ੍ਰਸ਼ਾਸਨ ਦੀ ਪੋਲ ਖੁੱਲ੍ਹ ਕੇ ਸਾਹਮਣੇ ਆ ਜਾਂਦੀ ਹੈ, ਜਿਸ ਕਰਕੇ ਦੇਖਿਆ ਜਾਂਦਾ ਹੈ ਕਿ ਜਦੋਂ ਥੋੜ੍ਹੀ ਬਾਰਿਸ਼ ਹੋ ਜਾਂਦੀ ਹੈ ਤਾਂ ਸੜਕਾਂ, ਗਲੀਆਂ, ਮੁਹੱਲਿਆਂ ਦੇ ਵਿੱਚ ਕਈ ਕਈ ਫੁੱਟ ਪਾਣੀ ਭਰ ਜਾਂਦਾ। ਹਕੀਕਤ TV ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।